ਲਓ ਵੀ ਮਿੱਤਰੋ, ਮਾਰਵਾੜੀ ਚੰਗੀਆਂ ਬਰੀਕੀਆਂ ਲਈ ਚੰਗੇ ਕੰਨ ਕੰਡੀਸ਼ਨ ਦੀ ਘੋੜੀ ਲਿਆਤੀ ਤੁਹਾਡੇ ਸਾਹਮਣੇ। ਗਰਦਨ ਗੁਰਦਨ ਚੰਗੀ ਆ, ਮਾਰਕਾ ਪੂਰਾ ਸੋਹਣਾ, ਪਲੀ ਹੋਈ ਘੋੜੀ ਆ ਅਤੇ ਚੰਗੇ ਘੋੜੇ ਤੋਂ ਗੱਬਣ ਆ ਅਤੇ 3 ਮਹੀਨਿਆਂ ਦੀ ਚੈੱਕ ਪਾਸ ਆ, ਸਵਾਰੀ ਸੂਰੀ ਦੀ ਪਾਸ ਆ। ਸਵਾਗਤ ਆ ਦੋਸਤੋ ਤੁਹਾਡਾ ਸਾਰਿਆਂ ਦਾ ਜਿਹੜੇ ਆਪਣੇ ਨਾਲ ਬਾਬਾ ਜੀਤਾ ਸਟੱਡ ਫਾਰਮ ਯੂਟਿਊਬ ਚੈਨਲ 'ਤੇ ਇਹ ਵੀਡੀਓ ਦੇਖਦੇ ਆ ਅਤੇ ਜਿਹੜੇ ਭਰਾ ਆਪਣੇ ਨਾਲ ਇਹ ਵੀਡੀਓ ਫੇਸਬੁੱਕ ਪੇਜ 'ਤੇ ਦੇਖਦੇ ਉਹਨਾਂ ਦੇ ਤਹਿ ਦਿਲੋਂ ਸਵਾਗਤ ਆ ਜੀ ਆਇਆਂ ਨੂੰ। ਦੋਸਤੋ ਸੱਜਰੀ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਹਾਂ। ਅੱਜ ਤੁਹਾਡੇ ਸਾਹਮਣੇ ਬਹੁਤ ਹੀ ਚੰਗੀ ਮਾਰਵਾੜੀ ਘੋੜੀ ਲਿਆਏ ਹਾਂ, ਰੇਟ ਸਿਰ ਬੰਨ ਵਾਲੀ ਅਤੇ ਗੱਬਣ ਚੈੱਕ ਪਾਸ ਆ। ਸਾਰੀ ਡਿਟੇਲ ਦੇਵਾਂ, ਕਿਹੜਾ ਖਾਨਦਾਨ, ਕਿਹੜੇ ਘੋੜੇ ਤੋਂ ਗੱਬਣ, ਕੀ ਮਾਰਕਿੰਗ ਆ, ਕਿੰਨੇ ਟਾਈਮ ਦੀ ਗੱਬਣ, ਸਵਾਰੀ ਦੀ ਪਾਸ ਆ, ਸਾਰੀ ਡਿਟੇਲ ਹੀ ਦੇਵਾਂਗੇ ਤੁਹਾਨੂੰ। ਬਸ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਭਰਾਵਾਂ ਤਾਈਂ ਇਹ ਵੀਡੀਓ ਪਹੁੰਚੇ ਅਤੇ ਜਿਹੜੇ ਵੀ ਭਰਾ ਨੂੰ ਇੱਦਾਂ ਦੀ ਘੋੜੀ ਦੀ ਲੋੜ ਹੋਵੇ ਅਤੇ ਉਹ ਆ ਕੇ ਖਰੀਦ ਲਵੇ। ਅਤੇ ਕਮੈਂਟਾਂ ਵਿੱਚ ਆਪਦੇ ਸੋਹਣੇ ਸੋਹਣੇ ਵਿਚਾਰ ਜ਼ਰੂਰ ਦਿਓ ਅਤੇ ਜਿਨ੍ਹਾਂ ਨੇ ਹਜੇ ਤਾਈਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੈ ਭਰਾਵੋ ਚੈਨਲ ਕਰ ਲਓ ਸਬਸਕ੍ਰਾਈਬ ਆਪਣੇ ਚੈਨਲ 'ਤੇ, ਤੁਹਾਨੂੰ ਜਾਇਜ਼ ਰੇਟ ਦੇ ਜਾਨਵਰ ਮਿਲਦੇ ਰਹਿਣਗੇ। ਜਿਵੇਂ ਤੁਹਾਨੂੰ ਪਤਾ ਹੀ ਆਪਣੇ ਕੋਲ ਜਾਨਵਰ ਹਰ ਵਕਤ 20-25 ਖੜੇ ਹੀ ਹੁੰਦੇ, ਉਹਨਾਂ ਵਿੱਚੋਂ ਮਾਰਵਾੜੀ, ਚੰਬੀ, ਨੁਕਰੇ, ਵਿਛੇਰੇ, ਵਿਛੇਰੀਆਂ ਸਾਰੇ ਤਰ੍ਹਾਂ ਦੇ ਜਾਨਵਰ ਹੁੰਦੇ ਆ ਅਤੇ ਤਕਰੀਬਨ ਸਾਰੇ ਰੇਟਾਂ ਦੇ ਹੁੰਦੇ ਹੈ ਨਾ। ਉਹਨਾਂ 'ਚੋਂ ਅੱਜ ਇੱਕ ਘੋੜੀ ਤੁਹਾਨੂੰ ਦਿਖਾਉਂਦੇ ਹਾਂ, ਮਾਰਵਾੜੀ। ਕੁਮੈਤ ਰੰਗ ਆ, ਚਾਰੇ ਲੱਤਾਂ ਕਾਲੀਆਂ ਅਤੇ ਮੱਥੇ ਪੂਰਾ ਸਹੀ ਬਲੇਜ ਆ। ਦੇਖੋ, ਦੇਖ ਸਕਦੇ ਤੁਸੀਂ ਬਲੇਜ ਕਿੰਨਾ ਚੰਗਾ ਅਤੇ ਕੰਨ ਕੰਡੀਸ਼ਨ ਆਪ ਦੇਖ ਲਓ, ਨਿੱਕਾ ਨਿੱਕਾ ਕੰਨ, ਕੁੰਡੀ ਵਾਲਾ ਕੰਨ ਆ ਅਤੇ ਗਰਦਨ ਲੰਮੀ ਆ, ਲੈਂਥ ਲੁੰਥ ਦੀ ਚੰਗੀ ਆ। ਦੇਖੋ ਸੰਭ ਦੀ ਮਜ਼ਬੂਤੀ ਤਾਂ ਪੂਰੀ ਆ ਅਤੇ ਫਾਇਦਾ ਇਹ ਆ ਮਜ਼ਬੂਤੀ ਘੋੜੀ 'ਚ ਵੀ ਪੂਰੀ ਆ, ਪੇਟਲ ਘੋੜੀ ਆ। ਪਹਿਲੀ ਗੱਲ ਤਾਂ ਗੱਬਣ ਚੈੱਕ ਪਾਸ ਆ, ਗੱਬਣ ਹੈਗੀ ਆਪਣੇ ਪੰਜਾਬ ਨਸਲ ਦੇ ਘੋੜੇ ਤੋਂ, ਮੱਝੂ ਕੇ ਖਾਨਦਾਨ ਦਾ ਘੋੜਾ ਜੀ। ਕੁਮੈਤ ਇੱਕ ਰੰਗਾ ਦਿਲਾਵਰ ਘੋੜੇ ਦਾ ਨਾਂ ਜੀ, ਬੱਚਾ ਹੀ ਆ ਹਜੇ ਅਤੇ ਉਹ ਆਪ ਰਾਗ ਭਾਗ ਘੋੜੇ ਦਾ ਜੀ, ਨੀਲਾ ਘੋੜਾ ਜਿਹੜਾ ਰਾਗ ਭਾਗ ਆ ਉਹਦਾ ਬੱਚਾ ਕੁਮੈਤ ਬੱਚਾ। ਅਤੇ ਉਸ ਤੋਂ ਇਹ ਗੱਬਣ ਆ, ਤੁਹਾਨੂੰ ਗੱਬਣ ਦੀ ਚੈੱਕ ਪਾਸ ਦੀ ਗਰੰਟੀ ਹੋਊ ਅਤੇ ਨੰਬਰ 2 'ਤੇ ਵੀਡੀਓ ਵੀ ਮਿਲ ਜੂ, ਸਾਰੀ ਮੀਟਿੰਗ ਦੀ ਸਾਰਾ ਪਰੂਫ ਮਿਲ ਜੂ ਅਤੇ ਬਰੀਕੀ ਚੰਗੀ ਹੈ ਅਤੇ ਬਾਕੀ ਰੇਟ ਜਾਇਜ਼ ਆ। ਜਿਹੜੀ ਮੇਨ ਗੱਲ ਆ, ਜਿਵੇਂ ਮੈਂ ਤੁਹਾਨੂੰ ਵੀਡੀਓ ਦੇ ਸ਼ੁਰੂਆਤ ਵਿੱਚ ਹੀ ਦੱਸਿਆ ਵੀ ਆਪਣੇ ਚੈਨਲ 'ਤੇ ਜਾਇਜ਼ ਰੇਟ ਵਿੱਚ ਜਾਨਵਰ ਮਿਲ ਜੂ, ਮਾਰਕੀਟ ਨਾਲੋਂ ਸਸਤਾ ਮਿਲ ਜੂ, ਇੰਨਾ ਕੁ ਆਪਾਂ ਕਹਿ ਸਕਦੇ। ਬਾਕੀ ਸੰਭ ਸੁੰਭ ਦੀ ਮਜ਼ਬੂਤੀ ਆ, ਘੋੜੇ ਮੱਝੂ ਕੇ ਖਾਨਦਾਨ ਵਾਲੇ ਤੋਂ ਗੱਬਣ ਆ ਅਤੇ ਮੂਹਰੇ ਜਿਹੜਾ ਬੱਚਾ ਦੇਣਾ ਮਜ਼ਬੂਤੀ ਵਾਲਾ ਹੀ ਦਊ ਘੋੜੀ। ਸਵਾਰੀ ਦੀ ਸਾਊ ਠੰਡੀ ਆ, ਚਾਹੇ ਬੱਚਾ ਬਹਿ ਜੇ ਘੋੜੀ ਪੂਰੀ ਸਾਊ ਠੰਡੀ ਆ, ਉੱਦਾਂ ਦੀ ਕੋਈ ਗੱਲ ਨਹੀਂ। ਅਤੇ ਬਾਕੀ ਇੱਕ ਵਾਰ ਤੁਸੀਂ ਸਾਰੀ ਦੇਖ ਹੀ ਲਈ, ਸਾਹਮਣੇ ਆ ਕੇ ਦੇਖਣੀ, ਸਾਹਮਣੇ ਆ ਕੇ ਦੇਖ ਸਕਦੇ ਹਾਂ। ਅਤੇ ਮੈਂ ਨੰਬਰ ਬੋਲ ਦਿੰਦਾ ਜੇ ਕੋਈ ਡਿਟੇਲ ਮੇਰੇ ਅੰਦਰ ਰਹਿ ਗਈ ਹੋਵੇ। ਹਾਈਟ ਦੋਸਤ ਇਹਦੀ 60 ਦੇ ਆਸ ਪਾਸ ਆ ਜੀ, ਕੋਈ ਡਿਟੇਲ ਰਹਿੰਦੀ ਹੋਈ ਤਾਂ ਮੈਂ ਨੰਬਰ ਬੋਲ ਦਿੰਦਾ, ਤੁਸੀਂ ਉਹ ਤੋਂ ਪਤਾ ਲੈ ਲਓ। 62-391-54-544। ਧੰਨਵਾਦ।